स्वागत है किसान वीरो तुहाडा सिद्ध कडेरी फार्मिंग दे विच। किसान वीरो अज जिहड़ी वीडियो बना रहे हैं पिंड लंडे इहनू बाघा पुराणा तहसील पैंदी है ते जिला मोगा इहदे नाल पिंड जिहड़ा रोडे आ उहदे करके कई बार ज्वाइंट जिहा नाम लिया जांदा लंडे ते रोडे। इह लंडे पिंडां दे पिंड दे विचों वीडियो दोस्तो ਭਲੂਰ ਰੋਡ ਤੇ ਆ ਸਮਾਲਸਰ ਤੋਂ ਜਦੋਂ ਭਲੂਰ ਨੂੰ ਜਾਂਦੇ ਆ ਤਾਂ ਇਹ ਪਿੰਡ ਆਉਂਦਾ। ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਇਹ ਸਿਰਫ ਖੇਤੀਬਾੜੀ ਦੇ ਨਾਲ ਸਹਾਇਕ ਧੰਦੇ ਦੇ ਤੌਰ ਤੇ ਵੀਰ ਦਾ ਪਸ਼ੂ ਪਾਲਣ ਦਾ ਕੰਮ ਇਹ ਤਿੰਨ ਨਾਗਾ ਘਰ ਦੇ ਵਿੱਚ ਜਿਹੜੇ ਰੱਖੇ ਆ ਤੇ ਅੱਜ ਇੱਕ ਉੱਚੇ ਲੰਬੇ ਕੱਦ ਦੀ ਭਾਰੀ ਝੋਟੀ ਜਿਹੜੀ ਪਹਿਲੇ ਸੂਏ ਸੋਣੀ ਆ ਵਿਕਾਊ ਕੀਤੀ ਹੈ। ਇਹਦੇ ਬਾਰੇ ਆਪਾਂ ਡਿਟੇਲ ਵੀਰ ਤੋਂ ਪੁੱਛਦੇ ਹਾਂ। ਦੋਸਤੋ ਵੀਡੀਓ ਨੈਂਡ ਤੱਕ ਦੇਖਦੇ ਰਹੋ, ਜਿਹਨੂੰ ਵੀ ਇਹ ਝੋਟੀ ਪਸੰਦ ਆਊਗੀ ਆ ਕੇ ਆਪਦੀ ਤਸੱਲੀ ਕਰ ਲਿਓ, ਜੇ ਨਿਰਖ ਪਰਖ ਨਾ ਖਰੀਦ ਲਿਓ, ਚੰਗੇ ਢਾਂਚੇ ਦੀ ਵੱਡੀ ਝੋਟੀ ਹੈ। ਆਓ ਜਾਣਕਾਰੀ ਵੀਰ ਤੋਂ ਇਹਦੇ ਬਾਰੇ ਲੈਣੇ ਆ। ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ। ਨਾਮ ਦੱਸੀ ਵੀਰ ਆਪਣਾ? ਮੇਰਾ ਨਾਮ ਅਮਨ ਬਾਈ। ਠੀਕ ਹੈ ਅਮਨ ਬਾਈ, ਘਰੇ ਫਿਰ ਪਸ਼ੂ ਜਿਹੜੇ ਆ ਡੇਰੀ ਤੇ ਦੁੱਧ ਤਾਂ ਘੱਟ ਹੀ ਪੈਂਦਾ ਉਹਨਾਂ, ਘਰ ਦੀ ਲੋੜ ਹੀ ਪੂਰੀ ਹੁੰਦੀ ਹੈ ਇਹਨਾਂ ਨੂੰ? ਹਾਂ ਬਸ ਇੱਕ ਗਾਂ ਦਾ ਥੋੜਾ ਜਿਹਾ ਪੈਂਦਾ। ਅੱਛਾ ਇੱਕ ਗਾਂ ਜਿਹੜਾ ਵੱਧ ਜੋ ਪਾ ਦਿੰਦੇ ਆ? ਹਾਂ। ਥੋੜੇ ਪਸ਼ੂ ਫਿਰ ਰੱਖਦਾ ਨਾਲ ਖੇਤੀਬਾੜੀ ਕਰਦਾ? ਹਾਂ ਬਸ ਖੇਤੀ ਕਰ ਲਈ, ਤਿੰਨ ਕੁ ਪਸ਼ੂ ਜੀ। ਠੀਕ ਹੈ ਸਰ, ਅੱਜ ਇੱਕ ਜਿਹੜੀ ਝੋਟੀ ਵਿਕਾਊ ਕੀਤੀ ਹੈ ਬਾਈ, ਪਹਿਲਾ ਸੂਆ ਨਾ? ਪਹਿਲਾ ਸੂਆ। ਦੰਦੋ ਕਿਵੇਂ ਬਾਈ? ਚਾਰ ਦੰਦ ਆ। ਚਾਰ ਦੰਦ ਆ ਪਹਿਲਾ ਸੂਆ ਤੇ ਦਿਨ ਕਿੰਨੇ ਲਊਗੀ ਸੂਆ? ਇਹਦੇ 5-6 ਦਿਨ ਰਹਿੰਦੇ ਆ। 5-6 ਦਿਨ ਹਜੇ ਪਏ ਆ। ਸੀਮਨ ਕਿਹੜਾ ਲੱਗਾ ਇਹਦੇ? ਇਹਦੇ ਅਮੂਲ ਦਾ ਲੱਗਾ 1090। 1090 ਅਮੂਲ ਵੱਲੋਂ? ਹਾਂ। ਠੀਕ ਹੈ। ਅੱਛਾ ਇਹਦਾ ਆਪਦਾ ਪਤਾ ਕਿਹੜੇ ਸੀਮਨ ਦੀ? ਨਹੀਂ ਇਹਦਾ ਨਹੀਂ ਪਤਾ, ਇਹ ਛੋਟੀ ਹੁੰਦੀ ਖਰੀਦੀ ਸੀ। ਠੀਕ ਹੈ, ਰੇਟ ਇਹਦਾ ਕੀ ਰੱਖਾਂਗੇ? 90,000 ਰੇਟ। ਠੀਕ ਹੈ ਦੋਸਤੋ, ਭਾਰੀ ਝੋਟੀ ਜਾਇਜ਼ ਰੇਟ 90,000 ਡਿਮਾਂਡ ਹੈ। ਸਿੰਘ ਬਿਲਕੁਲ ਕੁੰਡਾ ਤੇ ਪਤਲਾ ਸਿੰਘ ਹੈ, ਪਰ ਦਿੱਕਤ ਇਹ ਆ ਗਈ ਵੀ ਪਰਲਾ ਸਿੰਘ ਜਿਹੜਾ ਹੈਗਾ ਉਹਦਾ ਉੱਤੋਂ ਕਵਰ ਲੈ ਗਿਆ, ਪੋਪਲਾ ਜਿਹੜਾ ਉਹ ਲੈ ਗਿਆ। ਉਹ ਵੀਰ ਦੇ ਕੋਲ ਪਿਆ ਪਰ ਚੜਾਇਆ ਨਹੀਂ ਗਿਆ ਉੱਤੇ, ਕਿਉਂਕਿ ਵੀਰ ਦੱਸਦਾ ਸੀ ਵੀ ਆਪਾਂ ਇੱਦਾਂ ਦਾ ਕੋਈ ਕੰਮ ਨਹੀਂ ਕਰਨਾ ਜਿਹਦੇ ਨਾਲ ਕਿਸੇ ਨੂੰ ਬਾਅਦ 'ਚ ਨਿਰਾਸ਼ਾ ਹੋਵੇ। ਸੋਹਣੀ ਝੋਟੀ ਹੈ, ਸ਼ਕੀਨ ਫੁੱਲ ਹੈ, 90,000 ਰੇਟ ਹੈ। ਖੋਲੀ ਵੀਰੇ, 5-6 ਦਿਨ ਪੂਰੇ ਹੋਣ 'ਚ ਪਏ ਆ, ਉਮੀਦ ਹੈ ਵੀ ਇਹ 7-8 ਦਿਨ ਹਜੇ ਲੈ ਜੂਗੀ। ਕੱਦ ਬਹੁਤ ਆ ਦੋਸਤੋ, ਵੇਲ ਵੀ ਚੰਗੀ ਹੈ। ਰੇਟ ਜਿਹੜਾ ਜੇ ਆਪਾਂ ਵਜਨ ਝੋਟੀ ਦਾ ਦੇਖਦੇ ਹਾਂ ਤਾਂ ਉਹਦੇ ਹਿਸਾਬ 'ਤੇ ਜਾਂ ਇਹਦੀ ਸ਼ਕੀਨੀ ਦੇਖਦੇ ਹਾਂ ਤਾਂ ਚੰਗ ਜਾਇਜ਼ ਹੈ। ਥੋੜ੍ਹਾ ਜਿਹਾ ਪਹਿਲਾਂ ਝੋਟੀ ਹੈ, ਕੁਛ ਉੱਪਰੇ ਬੰਦੇ ਤੋਂ ਪਸ਼ੂ ਵੈਸੇ ਵੀ ਡਰਦਾ, ਇਹਦੀ ਹੈਬਿਟ ਹੁੰਦੀ ਹੈ ਪਸ਼ੂ ਦੀ, ਨੈਚੁਰਲੀ ਪਸ਼ੂ ਡਰਦਾ ਰਹਿੰਦਾ। ਕੋਈ ਨਹੀਂ ਵੀਰੇ, ਹੌਲੀ ਹੌਲੀ ਤੋਰ ਲਓ ਬਸ। ਸੋ ਸੋਹਣੀ ਝੋਟੀ ਦੱਸੋ, ਜਿਹਨੂੰ ਪਸੰਦ ਹੋਵੇ, ਪਹਿਲਾਂ ਸੂਆ ਸੁਣਦੀ ਹੈ। ਹਵਾਨਾ ਜਿਹੜਾ ਉਹ ਇਸ ਟਾਈਮ ਚੰਗਾ ਤਿਆਰ ਹੈ, ਥੋੜ੍ਹੀ ਜਿਹੀ ਤੱਕ ਅੱਗੇ ਨੂੰ ਲੱਗਦਾ ਵੀ ਵੱਧ ਰੱਖੂਗੀ। ਬਾਕੀ ਜਿਹਨੂੰ ਪਸੰਦ ਹੋਵੇ ਉਹ ਆ ਕੇ ਵੀ ਦੇਖੂਗਾ, ਆਪਦੀ ਤਸੱਲੀ ਕਰੂਗਾ। ਥਣਾਂ 'ਚ ਸਪੇਸ ਬਹੁਤ ਸੋਹਣੀ ਹੈ, ਹਵਾਨੇ ਦੀ ਅਗਾੜੀ ਜਿਹੜੀ ਉਹ ਵੀ ਬਹੁਤ ਚੰਗੀ ਹੈ। ਬਾਕੀ ਬੰਨ ਕੇ ਇਹਨੂੰ ਫਿਰ ਤੁਹਾਨੂੰ ਨੇੜੇ ਤੋਂ ਹਵਾਨਾ ਦਿਖਾਉਣ ਦੀ ਕੋਸ਼ਿਸ਼ ਕਰੂੰਗਾ, ਕਿਉਂਕਿ ਇਸ ਤਰ੍ਹਾਂ ਹੋ ਸਕਦਾ ਤੁਹਾਨੂੰ ਪੂਰੀ ਜੱਜਮੈਂਟ ਨਾ ਹੋਈ ਹੋਵੇ। ਨਹੀਂ ਉੱਥੇ ਅੰਦਰ ਹੀ ਬੰਨਦੇ ਪਏ, ਜਾਂ ਇੱਥੇ ਕੱਚੇ 'ਚ ਬੰਨਣੀ, ਸਾਹਮਣੇ ਬੰਨਦੇ ਫਿਰ ਹਵਾਨਾ ਦਿਖਾ ਦਾਂਗੇ। ਉੱਥੇ ਕੰਧ ਨਾ ਬੰਨੀ ਵੀਰੇ, ਕੰਧ ਨਾ ਬੰਨੀ, ਇੱਥੇ ਗੇੜਾ ਲੈ ਆਊਗੀ। ਹਾਂ ਸਾਹਮਣੇ ਬੰਨਦੇ ਭਾਵੇਂ। ਸੋ ਦੱਸੋ ਬੰਨ ਕੇ ਉਦੋਂ ਬਾਅਦ 'ਚ ਜ਼ਰੂਰ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਇਹਨੂੰ, ਇਹਦਾ ਹਵਾਨਾ ਜਿਹੜਾ ਇਸ ਸਾਈਡ ਤੋਂ ਤੁਸੀਂ ਇਹਦਾ ਹਵਾਨਾ ਹੁਣ ਦੇਖ ਲਿਓ। ਚੌੜਾ ਮੁੱਢ ਹੈ ਹਵਾਨੇ, ਕਾਫੀ ਚੜਾਈ ਦੇ ਵਿੱਚ ਹੈ, ਪਰ ਸੂਆ ਪਹਿਲਾਂ ਹਜੇ ਪਹਿਲਾਂ ਪਸ਼ੂ ਆਮ ਤੌਰ 'ਤੇ ਮਹੀਨਾ ਲੈ ਜਾਂਦਾ ਦੋਸਤੋ ਪੂਰਾ ਵਧੀਆ ਹਵਾਨਾ ਬਣਾਉਣ 'ਤੇ। ਸੋ ਇੱਦਾਂ ਦਾ ਰੁੱਖ ਹਵਾਨੇ ਦਾ ਤੁਸੀਂ ਹੁਣ ਇਹਦਾ ਕਲੀਅਰ ਦੇਖ ਰਹੇ ਹੋਵੋਗੇ। ਥਣਾਂ 'ਚ ਬਿੱਥੀ ਮੈਂ ਪਹਿਲਾਂ ਹੀ ਦੱਸਦੀ ਸੀ ਸ਼ੁਰੂ ਦੇ ਵਿੱਚ ਵੀ ਇਹਦੇ ਬਹੁਤ ਚੰਗੀ ਹੈ। ਪਿੱਠਪੁੜੇ ਦੀ ਝੋਟੀ ਫੁੱਲ ਖੁੱਲ੍ਹੀ ਵੱਡੀ ਝੋਟੀ ਹੈ, ਛੋਟੀ ਨਾ ਜਾਣਿਓ। 90,000 ਡਿਮਾਂਡ ਹੈ, ਮਾਣ ਤਾਣ ਥੋੜ੍ਹਾ ਬਹੁਤ ਹੀ ਹੋਊਗਾ, ਪਰ ਝੋਟੀ ਚੰਗੀ ਹੈ। ਜੇ ਪਸੰਦ ਹੋਵੇ ਤਾਂ ਆ ਕੇ ਕੰਟੈਕਟ ਕਰਕੇ ਤੁਸੀਂ ਖਰੀਦ ਲਿਓ। ਮਿਹਰਬਾਨੀ ਦੋਸਤੋ ਵੀਡੀਓ ਦੇਖਣ ਲਈ।